ਇਤਿਹਾਸ ਖੋਜ ਕੇਂਦਰ ਜਿਹੜਾ ਇਹ ਸਾਡੇ ਇੱਕ ਮਹਾਨ ਪ੍ਰੋਫੈਸਰ ਡਾਕਟਰ ਗੰਡਾ ਸਿੰਘ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ 1930 ਵਿੱਚ ਔਰ ਉਸ ਤੋਂ ਬਾਅਦ ਵੱਖ ਵੱਖ ਵਿਦਵਾਨ ਜਿਹੜੇ ਨੇ ਉਹ ਇਸ ਦੇ ਇੰਚਾਰਜ ਰਹੇ ਨੇ ਹੁਣ ਤੱਕ ਔਰ ਉਹਨਾਂ ਨੇ ਇਸ ਕੇਂਦਰ ਦੇ ਵਿੱਚ ਬਹੁਤ ਇੰਪੋਰਟੈਂਟ ਬੜੀਆਂ ਮਹੱਤਵਪੂਰਨ ਪੁਸਤਕਾਂ ਔਰ ਹੱਥ ਲਿਖਤ ਮਾਨੂਸਕ੍ਰਿਪਟਸ ਦਸਤਾਵੇਜ਼ ਗੁਰੂ ਸਾਹਿਬਾਨ ਦੇ ਜੀਵਨ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਪੁਰਾਣੀਆਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਖੀਆਂ ਦੇ ਸੰਬੰਧ ਵਿੱਚ ਔਰ ਮੁਗਲ ਰਾਜ ਦਾ ਸਾਰਾ ਸਮਾਂ ਜਿਹੜਾ ਔਰ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਸਮਾਂ ਜਿਹੜਾ ਉਹ ਸਾਰਾ ਭਾਵੇਂ ਉਹ ਫਾਰਸੀ ਵਿੱਚ ਸਾਰਾ ਸਾਹਿਤ ਜਾਂ ਸਾਰੀ ਲਿਖਿਆ ਹੋਇਆ ਉਹ ਸਾਰਾ ਇੱਥੇ ਪਰਸ਼ੀਅਨ ਦੇ ਵਿੱਚ ਮੌਜੂਦ ਆ, ਉਰਦੂ ਵਿੱਚ ਮੌਜੂਦ ਆ ਔਰ ਸਿੱਖ ਸੰਸਕ੍ਰਿਤ ਦੇ ਵੀ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਵੀ ਲਿਖਤ ਰੂਪ ਵਿੱਚ ਸਾਡੇ ਕੋਲ। ਜਿਸ ਤਰ੍ਹਾਂ ਕਿ ਇਹ ਇਸਦਾ ਨਾਂ ਸਿੱਖ ਇਤਿਹਾਸ ਖੋਜ ਕੇਂਦਰ ਹੈ, ਵਾਕਿਆ ਉਸੇ ਤਰ੍ਹਾਂ ਇਸ ਦੀ ਬਿਲਡਿੰਗ ਦੀ ਵੀ ਜਿਹੜੀ ਆ ਬੜੀ ਵਿਸ਼ਾਲਤਾ ਹੈ ਔਰ ਇਸ ਵਿੱਚ ਵੱਖ ਵੱਖ ਗੈਲਰੀਆਂ ਬਣਾਈਆਂ ਗਈਆਂ। ਜਿਹੜੀ ਗੈਲਰੀ ਨੰਬਰ 1 ਹੈ ਨਾ, ਉਸ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦਾ ਸਾਰਾ ਇਤਿਹਾਸ ਜਿਹੜਾ ਉਹ ਤਸਵੀਰਾਂ ਦੇ ਰਾਹੀਂ ਬੱਚਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਦੇ ਵਿੱਚ ਵੱਖਰੇ ਵੱਖਰੇ ਮਾਨੂਸਕ੍ਰਿਪਟ ਵੀ ਰੱਖੇ ਗਏ ਆ ਪੁਰਾਣੇ, ਜਿਹੜੇ ਬੱਚਿਆਂ ਨੂੰ ਬੱਚੇ ਦੇਖ ਸਕਣ ਕਿ ਉਸ ਸਮੇਂ ਜਿਹੜੀ ਆ ਲਿਖਤਾਂ ਜਿਹੜੀਆਂ ਜਾਂ ਹੱਥ ਦੀਆਂ ਲਿਖਤਾਂ ਜਿਹੜੀਆਂ ਨੇ ਲੋਕ ਉਹ ਕਿਵੇਂ ਕਰਦੇ ਸੀਗੇ, ਕਿਵੇਂ ਆਪਣੇ ਗ੍ਰੰਥ ਰੱਖਦੇ ਸੀਗੇ। ਤੋ ਪਹਿਲੀ ਗੈਲਰੀ ਜਿਹੜੀ ਆ ਉਹਦੇ ਵਿੱਚ ਸਾਡੇ ਗੁਰੂ ਸਾਹਿਬਾਨ ਦਾ ਸਾਰਾ ਜੀਵਨ ਹੈ। ਗੁਰੂ ਸਾਹਿਬਾਨ ਦਾ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਦੀਆਂ ਬਚਪਨ ਦੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਅਸੀਂ ਪੜ੍ਹਦੇ ਹਾਂ ਕਿਤਾਬਾਂ ਦੇ ਵਿੱਚ, ਉਹ ਸਾਰੀਆਂ ਜਿਹੜੀਆਂ ਨੇ ਉਹ ਮੂਰਤਾਂ ਦੇ ਰਾਹੀਂ ਤਸਵੀਰਾਂ ਦੇ ਰਾਹੀਂ ਜਿਹੜੀਆਂ ਮੂਰਤੀਮਾਨ ਕੀਤੀਆਂ ਗਈਆਂ। ਇਸ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਦਾ ਜੀਵਨ ਜਿਹੜਾ ਉਹ ਤਸਵੀਰਾਂ ਰਾਹੀਂ ਪੇਸ਼ ਕੀਤਾ ਗਿਆ, ਤਾਂ ਕਿ ਜਿਹੜਾ ਬੱਚਾ ਇੱਕ ਵਾਰੀ ਇਹਨਾਂ ਤਸਵੀਰਾਂ ਨੂੰ ਦੇਖ ਲਵੇ ਉਸ ਨੂੰ ਕਦੀ ਯਾਦ ਨਾ ਭੁੱਲੇ। ਕਈ ਵਾਰੀ ਲਿਖ ਜਿਹੜੀ ਪੜ੍ਹੀ ਚੀਜ਼ ਹੁੰਦੀ ਆ ਉਹ ਭੁੱਲ ਜਾਂਦੀ ਆ, ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਤਸਵੀਰ ਦੇ ਰਾਹੀਂ ਦੇਖਦੇ ਹਾਂ ਨਾ, ਉਹ ਮਨ ਦੇ ਵਿੱਚ ਮੁਕੰਮਲ ਤੌਰ 'ਤੇ ਬੈਠ ਜਾਂਦੀ ਆ, ਫਿਰ ਕਦੀ ਨਹੀਂ ਭੁੱਲਦੀ। ਗੈਲਰੀ 2 ਦੇ ਵਿੱਚ ਸਾਡਾ ਜਿਹੜਾ ਸਿੱਖ ਰਾਜ ਹੈ, ਮਹਾਰਾਜਾ ਰਣਜੀਤ ਸਿੰਘ ਤੋਂ ਸਾਡਾ ਰਾਜ ਸ਼ੁਰੂ ਹੋਇਆ, ਬੜਾ ਵਿਸ਼ਾਲ ਰਾਜ ਆ, ਉਹਦੇ ਸੰਬੰਧ ਵਿੱਚ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਾਨ ਜਰਨੈਲ ਸੀਗੇ ਉਹਨਾਂ ਦੇ ਉਹਨਾਂ ਦਾ ਜੀਵਨ ਜਿਹੜਾ ਅਤੇ ਉਹਨਾਂ ਦੀ ਵਿਸ਼ਾਲਤਾ ਰਾਜ ਦੀ ਜਿਹੜੀ ਆ ਉਹ ਦਰਸਾਈ ਗਈ ਉਹਦੇ ਵਿੱਚ। ਨੰਬਰ ਜਿਹੜੀ 3 ਗੈਲਰੀ ਹੈਗੀ ਆ ਉਹਦੇ ਵਿੱਚ ਸਾਡੇ ਪੁਰਾਣੇ ਕੁਛ ਮਾਨੂਸਕ੍ਰਿਪਟ ਨੇ ਪਏ ਅਤੇ ਕੁਝ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਤੇ ਮੁਗਲ ਰਾਜ ਦੇ ਸਮੇਂ ਜਿਹੜੇ ਪੁਰਾਣੇ ਹਥਿਆਰ ਨੇ, ਜਦੋਂ ਅਸੀਂ ਲੜਾਈਆਂ ਕਰਦੇ ਸੀਗੇ ਭਾਵੇਂ ਮੁਗਲਾਂ ਨਾਲ ਕਰਦੇ ਸੀਗੇ, ਉਹ ਹਥਿਆਰ ਜਿਹੜੇ ਨੇ ਉਹ ਉਸ ਗੈਲਰੀ ਦੇ ਵਿੱਚ ਉਵੇਂ ਦੇ ਉਵੇਂ ਹੀ ਰੱਖੇ ਹੋਏ ਨੇ ਪੁਰਾਣੇ ਯਾਦਾਸ਼ਤ ਦੇ ਤੌਰ 'ਤੇ। ਉਹਦੇ ਵਿੱਚ ਚਿੱਤਰ ਵੀ ਬਹੁਤ ਨੇ ਉਸ ਸਮੇਂ ਦੇ, ਜਿਹੜੇ ਜਿਨ੍ਹਾਂ ਤੋਂ ਚਿੱਤਰਾਂ ਨੂੰ ਦੇਖ ਕੇ ਸਾਨੂੰ ਸਿੱਖ ਰਾਜ ਦੀਆਂ ਸਾਰੀਆਂ ਜਿਹੜੀਆਂ ਹਿਸਟਰੀ ਆ ਇਤਿਹਾਸ ਆ ਜਿਹੜਾ ਸਾਰਾ ਉਹ ਸਾਨੂੰ ਮਾਲੂਮ ਹੋ ਜਾਂਦਾ। ਉਸ ਤੋਂ ਬਾਅਦ ਜਿਹੜੀ ਨੈਕਸਟ ਗੈਲਰੀ ਆ ਨਾ ਜੀ, ਉਹਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਜਿਹੜੇ ਪੜ੍ਹ ਰਹੇ ਸਟੂਡੈਂਟ ਸੀਗੇ ਔਰ ਫਿਰ ਬਾਅਦ ਵਿੱਚ ਉਹ ਸਮਾਂ ਪਾ ਕੇ ਬੜੇ ਬੜੀਏ ਮਹਾਨ ਅਹੁਦਿਆਂ 'ਤੇ ਪਹੁੰਚੇ ਔਰ ਬੜੇ ਬੜੇ ਮਹਾਨ ਵਿਦਵਾਨ ਬਣੇ, ਉਹਨਾਂ ਦੀਆਂ ਤਸਵੀਰਾਂ ਨੇ ਔਰ ਜਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦੇ ਸਮੇਂ ਅੰਗਰੇਜ਼ ਰਾਜ ਦੇ ਸਮੇਂ ਖਾਲਸਾ ਕਾਲਜ ਇੱਥੇ ਬਣਾਉਣ ਵਾਸਤੇ
ਮਿਹਨਤ ਮਿਹਨਤ ਕੀਤੀ, ਉਹਨਾਂ ਨੂੰ ਅਪਰੋਚ ਕੀਤਾ ਅੰਗਰੇਜ਼ ਸਰਕਾਰ ਨੂੰ ਖਾਲਸਾ ਕਾਲਜ ਬਣਾਇਆ ਜਾਵੇ, ਉਹਨਾਂ ਸਾਰੀਆਂ ਤਸਵੀਰਾਂ ਇੱਥੇ ਦਰਜ ਨੇ। ਔਰ ਇੱਥੇ ਉਸ ਮਹਾਨ ਆਰਟਿਸਟ ਆਰਕੀਟੈਕਚਰ ਦੀ ਵੀ ਤਸਵੀਰ ਹੈ ਰਾਮ ਸਿੰਘ ਜੀ ਦੀ, ਜਿਨ੍ਹਾਂ ਨੇ ਖਾਲਸਾ ਕਾਲਜ ਜਿਹੜਾ ਜਦੋਂ ਮਨਜ਼ੂਰ ਹੋ ਗਿਆ ਬਣਨ ਵਾਸਤੇ ਅਤੇ ਉਹਨਾਂ ਦੇ ਖਾਲਸਾ ਕਾਲਜ ਦੀ ਬਿਲਡਿੰਗ ਦੇ ਨਕਸ਼ੇ ਤਿਆਰ ਕੀਤੇ, ਉਹ ਨਕਸ਼ੇ ਵੀ ਅਸੀਂ ਸੰਭਾਲ ਕੇ ਰੱਖੇ ਹੋਏ ਨੇ। ਇਸ ਤਰ੍ਹਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਤੇ ਹੋਰ ਪੁਰਾਣੇ ਗ੍ਰੰਥਾਂ ਦੇ ਮੈਨੂਸਕ੍ਰਿਪਟ ਵੀ ਇਹਦੇ ਵਿੱਚ ਸ਼ਾਮਿਲ ਨੇ। ਹਿੰਦੁਸਤਾਨ ਦੇ ਤਕਰੀਬਨ ਸਾਰੇ ਹੀ ਰਾਜ ਜਿਹੜੇ ਨੇ ਉਹ ਉਹਨਾਂ ਦੀਆਂ ਉਹਨਾਂ ਨੂੰ ਤਸਵੀਰਾਂ ਦੇ ਰਾਹੀਂ ਇੱਕ ਚਿੰਨ੍ਹ ਦੇ ਤੌਰ 'ਤੇ ਜਿਹੜੀਆਂ ਤਸਵੀਰਾਂ ਨੇ ਉਹ ਰਾਗ ਦਾ ਚਿੰਨ੍ਹ ਹੀ ਪ੍ਰਗਟ ਕਰ ਰਹੀਆਂ ਨੇ। ਔਰ ਇਹਦੇ ਵਿੱਚ ਤਕਰੀਬਨ ਸਾਰੇ ਹਿੰਦੁਸਤਾਨ ਦੇ ਰਾਗ ਨੇ, ਔਰ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ 31 ਰਾਗ ਨੇ ਉਹਨਾਂ ਰਾਗਾਂ ਦੇ ਉਹਨਾਂ ਰਾਗਾਂ ਦਾ ਵੀ ਇਹਦਾ ਇਹਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਹੋਈਆਂ ਨੇ। ਹਾਂ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਰਾਗ ਹੈ, ਰਾਗ ਗੁਜਰੀ ਹੈ, ਰਾਗ ਧਨਾਸਰੀ ਹੈ, ਜੈਤਸਰੀ ਹੈ, ਇਸ ਤਰ੍ਹਾਂ ਸਾਰੇ ਜਿਹੜੇ ਰਾਗ ਨੇ ਉਹਨਾਂ ਰਾਗਾਂ ਨੂੰ ਜਿਹੜਾ ਉਹ ਪੇਸ਼ ਸ਼ੋਅ ਕੀਤਾ ਗਿਆ, ਦਿਖਾਇਆ ਗਿਆ। ਮੈਂ ਇੱਕ ਕੀਰਤਨ ਰਾਗੀ ਬਣਨਾ ਚਾਹੁੰਦੀ ਹਾਂ। ਉਸ ਅਕੋਰਡਿੰਗ ਮੈਂ ਮਤਲਬ ਕਿ ਇੱਥੇ ਰਾਗ ਰਾਗਣੀਆਂ ਦੀਆਂ ਤਸਵੀਰਾਂ ਵੇਖੀਆਂ ਨੇ, ਉਹਨਾਂ ਵਿੱਚ ਉਹਨਾਂ ਦੇ ਪੁੱਤਰਾਂ ਬਾਰੇ ਰਾਗਣੀਆਂ, ਉਹਨਾਂ ਦੀ ਵਾਈਫ ਬਾਰੇ ਹੋਰ ਵੀ ਬਹੁਤ ਕੁਝ ਮਿਲਿਆ। ਇਹਦੇ ਵਿੱਚ ਮਤਲਬ ਕਿ ਆਉਣ ਵਾਲੇ ਸਮੇਂ 'ਚ ਰਾਗਾਂ 'ਚ ਕੀਰਤਨ ਕਿਵੇਂ ਕਰਨਾ ਹੈ, ਸ਼ੁੱਧ ਬਾਣੀ ਕਿਵੇਂ ਪੜ੍ਹਨੀ ਹੈ, ਉਹਦੇ ਬਾਰੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਜੋ ਮੇਰੀ ਆਉਣ ਵਾਲੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮੇਰੀ ਹੈਲਪਫੁੱਲ ਬਣੂਗੀ। ਇੱਕ ਚੀਜ਼ ਮੈਨੂੰ ਸਮਝ ਆਊਗੀ ਕਿ ਰਾਗਣੀਆਂ ਦਾ ਕੀ ਮੀਨਿੰਗ ਹੁੰਦਾ ਅਤੇ ਰਾਗਾਂ ਦਾ ਕੀ ਮੀਨਿੰਗ ਹੁੰਦਾ। ਬੱਚਿਆਂ ਵਾਸਤੇ ਇਹ ਬਹੁਤ ਸਹਾਇਤਾ ਦਿੰਦਾ ਜੀ, ਕਿ ਬੱਚੇ ਜਿਹੜੇ ਨੇ ਉਹਨਾਂ ਵਿੱਚ ਸਿੱਖੀ ਧਾਰਨ ਕਰਨ ਦੀ ਜਿਹੜੀ ਆ ਨਾ ਉਹ ਤਾਂਘ ਪੈਦਾ ਹੁੰਦੀ ਆ, ਆਪਣਾ ਸਾਰਾ ਪੁਰਾਣਾ ਅਤੀਤ ਵੇਖ ਕੇ, ਆਪਣਾ ਪੁਰਾਣਾ ਇਤਿਹਾਸ ਦੇਖ ਕੇ। ਅਤੇ ਇਹੀ ਸਾਨੂੰ ਚਾਹੀਦਾ ਕਿ ਬੱਚੇ ਜਿਹੜੇ ਨੇ ਆਪਣੇ ਸੱਭਿਆਚਾਰ ਨੂੰ, ਇਤਿਹਾਸਿਕ ਸੱਭਿਆਚਾਰ ਨੂੰ, ਸਿੱਖ ਸੱਭਿਆਚਾਰ ਨੂੰ ਜਿਹੜੇ ਉਹ ਸਮਝ ਸਕਣ ਅਤੇ ਉਹ ਇਸ ਨੂੰ ਅੱਗੇ ਜਿਹੜਾ ਉਹ ਤੋਰ ਸਕਣ, ਆਪਣੀ ਗੁਰਮਰਿਆਦਾ ਨੂੰ ਅੱਗੇ ਤੋਰ ਸਕਣ, ਆਪਣੇ ਜਿਹੜਾ ਜਿਸ ਤਰ੍ਹਾਂ ਸਾਡਾ ਪੁਰਾਣਾ ਰਾਜ ਭਾਗ ਸੀ ਉਸ ਨੂੰ ਅੱਗੇ ਤੋਰ ਸਕਣ। ਇਸ ਕਰਕੇ ਉਹ ਬੜੇ ਉਤਸ਼ਾਹਿਤ ਨੇ ਇਸ ਨੂੰ ਵੇਖ ਕੇ। ਸਟਾਰਟਿੰਗ ਤੋਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਪਹਿਲਾਂ ਤਾਂ ਇੱਕ ਕਮਰੇ ਦੇ ਵਿੱਚ 10 ਮਹਾਰਾਜ ਸਾਹਿਬਾਂ ਤੱਕ ਜੋ ਇਤਿਹਾਸਿਕ ਜੀਵਨ ਹੈ ਗੁਰੂ ਮਹਾਰਾਜ ਦਾ, ਉਹਨਾਂ ਦੀਆਂ ਜਿਹੜੀਆਂ ਪੁਰਾਤਨ ਤਸਵੀਰਾਂ ਜਿਹੜੀਆਂ ਸਾਨੂੰ ਪੁਰਾਤਨ ਬੁੰਗਿਆਂ ਤੋਂ ਪ੍ਰਾਪਤ ਹੁੰਦੀਆਂ ਰਹੀਆਂ, ਜਿਹੜੀਆਂ ਕਿ ਜਿਵੇਂ ਹੁਣ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਅਸਥਾਨ ਹੈ ਉੱਥੇ ਪੁਰਾਤਨ ਤਸਵੀਰਾਂ ਰਹੀਆਂ ਨੇ, ਉੱਥੋਂ ਜਿਹੜੀਆਂ ਤਸਵੀਰਾਂ ਮਿਲੀਆਂ ਉਹ ਤਸਵੀਰਾਂ ਇੱਥੇ ਖਾਲਸਾ ਕਾਲਜ ਵਿਖੇ ਲਾਈਆਂ ਗਈਆਂ, ਤਾਂ ਕਿ ਜਿਹੜਾ ਵੀ ਕੋਈ ਸਟੂਡੈਂਟ ਆਵੇ, ਚਾਹੇ ਉਹ ਕੋਈ ਇਤਿਹਾਸ ਨਾਲ ਸੰਬੰਧ ਰੱਖਣ ਵਾਲਾ ਹੋਵੇ, ਚਾਹੇ ਉਹ ਕਿਸੇ ਵੀ ਸਬਜੈਕਟ ਦੇ ਨਾਲ ਸੰਬੰਧ ਰੱਖਣ ਵਾਲਾ, ਜਦ ਉਹ ਇਹਨਾਂ ਤਸਵੀਰਾਂ ਨੂੰ ਵੇਖੇ ਤਾਂ ਉਹਨੂੰ ਇੱਕ ਆਪਣੇ ਸਿੱਖ ਇਤਿਹਾਸ ਦੀ ਜਿਹੜੀ ਝਲਕ ਹੈ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਉਹਨੂੰ ਮਹਿਸੂਸ ਹੁੰਦੀ ਹੈ। ਜਦੋਂ ਉਹ ਸਾਰਾ ਇਤਿਹਾਸ ਵਹਿੰਦਾ ਹੈ, ਜਦੋਂ ਪੜ੍ਹਦਾ ਹੈ ਤਸਵੀਰਾਂ ਲੱਗੀਆਂ ਹੋਈਆਂ, ਜਦੋਂ ਉਹ ਵਹਿੰਦਾ ਤਸਵੀਰਾਂ ਵੱਲ ਤਾਂ ਉਹਦੀਆਂ ਅੱਖਾਂ ਦੇ ਸਾਹਮਣੇ ਇੱਕ ਤਸਵੀਰ ਬਣ ਜਾਂਦੀ ਹੈ ਆਪਣੇ ਸਿੱਖ ਇਤਿਹਾਸ ਦੀ। ਉਸ ਤੋਂ ਬਾਅਦ 10 ਪਾਤਸ਼ਾਹੀਆਂ ਤੋਂ ਬਾਅਦ ਜਿਹੜਾ ਸਿੱਖ ਇਤਿਹਾਸ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਲੈ ਕਰਕੇ, ਫਿਰ ਅਗਾਂਹ ਮਿਸਲਾਂ ਦਾ ਇਤਿਹਾਸ ਹੁੰਦਾ ਹੈ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਇਹ ਤਦ ਕਿ ਜਿੰਨੇ ਵੀ ਸਿੰਘ ਸਿੰਘਣਿਆਂ ਦਾ ਇਤਿਹਾਸ ਹੋਇਆ ਉਹਨਾਂ ਦੀਆਂ ਜਿੰਨੀਆਂ ਵੀ ਪੁਰਾਤਨ ਤਸਵੀਰਾਂ, ਇੱਥੋਂ ਤੱਕ ਕਿ ਜਿਹੜੇ ਪੁਰਾਤਨ ਪੋਥੀਆਂ ਨੇ ਸਾਨੂੰ ਜਿਹੜਾ ਇਤਿਹਾਸ ਮਿਲਦਾ ਰਿਹਾ ਪੁਰਾਤਨ ਲਿਖਿਆ ਹੋਇਆ, ਚਾਹੇ ਉਹ ਅਰਬੀ ਭਾਸ਼ਾ ਦੇ ਹੋਵੇ ਵਿੱਚ ਹੋਵੇ, ਚਾਹੇ ਉਹ ਫਾਰਸੀ ਦੇ ਵਿੱਚ ਹੋਵੇ, ਚਾਹੇ ਉਹ ਉਰਦੂ ਦੇ ਵਿੱਚ ਕਿਉਂ ਨਾ ਲਿਖਿਆ ਹੋਵੇ ਦਰਜ, ਹਰ ਇੱਕ ਭਾਸ਼ਾ ਦੇ ਵਿੱਚ ਜਿੰਨੇ ਵੀ ਪੁਰਾਤਨ ਸਰੋਤ ਸਾਨੂੰ ਮਿਲਦੇ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਸੁਸ਼ੋਭਿਤ ਕੀਤੇ ਗਏ ਨੇ।
ਇਸ ਤਰ੍ਹਾਂ ਹੈ ਕਿ ਇਸ ਸੈਂਟਰ ਦੇ ਵਿੱਚ ਮੈਂ ਦੇਖਿਆ ਕਿ ਮੈਂ ਆਪ ਫਾਰਸੀ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇਸ ਸੈਂਟਰ ਵਿੱਚ ਇੱਕ ਖੂਬੀ ਦੇਖੀ ਹੈ ਕਿ ਇਸ ਸੈਂਟਰ ਵਿੱਚ ਤਕਰੀਬਨ 250 ਪੁਸਤਕਾਂ ਜਿਹੜੀਆਂ ਨੇ ਹੱਥ ਲਿਖਤ ਪੁਸਤਕਾਂ ਉਹ ਫਾਰਸੀ ਭਾਸ਼ਾ ਵਿੱਚ ਨੇ ਔਰ ਉਹ ਮੈਂ ਦੇਖਿਆ ਕਿ ਉਹਦੇ ਵਿੱਚ ਸਾਡੇ ਸਾਰਿਆਂ ਗੁਰੂ ਸਾਹਿਬਾਨ ਦਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰਾ ਗੁਰੂ ਸਾਹਿਬਾਨ ਦਾ ਇਤਿਹਾਸ ਜਿਹੜਾ ਹੈ ਉਹ ਪਰਸ਼ੀਅਨ ਵਿੱਚ ਲਿਖਿਆ ਪਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਮੁਗਲ ਸਮੇਂ ਦਾ ਇਤਿਹਾਸ ਸਾਰਾ ਪਰਸ਼ੀਅਨ ਦੇ ਵਿੱਚ ਲਿਖਿਆ ਪਿਆ ਹੈ ਮੈਂ ਕਹਿੰਦਾ ਵੀ ਸਾਡੇ ਸਿੱਖ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਇਹ ਉਰਦੂ ਅਤੇ ਫਾਰਸੀ ਭਾਸ਼ਾ ਜ਼ਰੂਰ ਸਿੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਜਿਹੜਾ ਅਸਲੀ ਇਤਿਹਾਸ ਆ ਉਸ ਨੂੰ ਇਹਨਾਂ ਕਿਤਾਬਾਂ ਵਿੱਚੋਂ ਖੋਜ ਸਕੀਏ ਲੱਭ ਸਕੀਏ।